सत श्री अकाल जी सारिआं नूं। की हाल ने सारिआं दे? उम्मीद करदा सब चढ़दी कला च होंगे ते रब तुहानूं सारिआं नूं चढ़दी कला च ही रखे। काफ़ी समा हो गया कोई वीडियो नहीं पाई आपां, सो अज वेले होए सी, खेती दे चक्करां च पए होए तां करके थोड़ा बिजी चल रहा शेड्यूल, वेले होए आ, सोचा कोई गल्लबात कर लईए। कई सज्जन मित्र बैठे आ ते उड़ीक कर रहे वीडियो नवीं दी। लो जी, एक नवी लेटेस्ट न्यूज़ आ। न्यूज़ कहदी आ? मैनू सुपना आया कल परसों, एक वो तुहाडे नाल सांझा करन लगा। मैं सुपना ही सी, मैं कहा सांझा कर लईए, बनदा भी आ। वो सुपना इदा आया, 12-1 बजे की गल आ, 1:30 बजा होना, 12-1 बजा सीगा। सुपना आया इदा कि मैं सरपंच बन गया पिंड एक का, पर उच्च सुपने च भी नहीं पता लगता पिंड कहड़ा या कुछ, क्योंकि उच्च कहड़ा बस होंगे सुपने च कि कित्थे की करूंगे, अपना जोर नहीं चलता होंगे, पता ही है सारिआं नूं। सरपंच बन गया, पंच भी बन गया कई, उहदे विच आपां नूं पुछया गया तुसीं हुण किहड़े किहड़े काम करूंगे। उह च आपां मैं काम गिनाए बई, आपां उहनां नूं कि जी होरां वांग ये नहीं करांगे, जे देख के अनदेखिया कर दांगे। जिहड़ा काम गलत होगा आपां गलत भावें साडे तक शिकायत ना भी आवे, उस काम मैं पूरा करांगा पिंड पद्धर ते, क्योंकि उस पिंड च पहलां तां मैं कहा तुहानूं सारिआं नूं पता आ कि 60-70 लख 80 लख कोठियां ते ला देना आपां, कोठी पा लैणी आ ते थड़ी बनाउण लई सरकारी थां नप्पणा आपां 10-12 फुट 8 फुट कोई 5 फुट बाहर नूं कढ़ी हुंदी आ, ਪਹਿਲਾਂ ਤਾਂ ਥੜੀਆਂ ਦੇ ਡਾਂਗ ਸਾਰੀਆਂ, ਭਾਵੇਂ ਮੈਨੂੰ ਕੋਈ ਸ਼ਿਕਾਇਤ ਲੈ ਕੇ ਆਵੇ ਜਾਂ ਨਾ ਲੈ ਕੇ ਆਵੇ ਜੀ, ਇਹ ਹੁਣ ਕੰਮ ਕਰਾਂਗੇ ਪਹਿਲਾਂ। ਫਿਰ ਦੂਜਾ ਕੰਮ ਆਪਾਂ ਕਰਨਾ ਆ ਸਾਰੇ ਪਿੰਡ ਦੇ ਸਹਿਯੋਗ ਨਾਲ, ਕੁਛ ਆਪਾਂ MLA ਸਾਹਿਬ ਜਿਹੜੇ ਮੌਕੇ ਤੇ ਹੋਣਗੇ, ਮੈਂ ਕਿਹਾ ਜਿਹੜੇ ਹੈਗੇ ਆ ਉਹਨਾਂ ਤੋਂ ਆਪਾਂ ਮਦਦ ਉਹਨਾਂ ਦੀ ਲੈ ਕੇ ਸੀਵਰੇਜ ਦੇ ਪੈਪ ਥੋੜ੍ਹੇ ਵੱਡੇ ਕਰਾਵਾਂਗੇ, ਸੀਵਰੇ ਪਾਵਾਂਗੇ ਵੱਡੇ ਪੈਪਾਂ ਵਾਲੇ, 4-5 ਇੰਚ ਨਹੀਂ ਪਾਵਾਂਗੇ, ਵੱਡੇ ਕਰਾਂਗੇ ਕਿ ਤਾਂ ਜੋ ਪਰ ਨਾਲੇ ਦੇ ਪਾਣੀ ਵਿੱਚ ਸਾਰਾ ਪਾਣੀ ਗਲੀਆਂ ਸਾਰਾ ਲੈ ਕੇ ਹੀ ਆਵੇ, ਸੌਖਾ ਕੋਈ ਬਲੋਕ ਨਾ ਹੋਵੇ, ਬਲੋਕੇਜ ਦੀ ਪ੍ਰੋਬਲਮ ਕਿਉਂਕਿ ਬਹੁਤ ਆ ਜਾਂਦੀ ਹੁੰਦੀ ਨਾ, ਉਹ ਕਰਾਂਗੇ। ਜੋ ਖਰਚਾ ਪਾਣੀ ਹੋਊਗਾ ਸਾਰਾ ਰਿਟਰਨ 'ਚ ਲਿਖ ਕੇ ਲਿਖਾਂਗੇ, ਰਿਟਰਨ 'ਚ ਕਰਾਂਗੇ, ਕਰਕੇ ਉਸ ਤੋਂ ਬਾਅਦ ਸਾਰੇ ਪਿੰਡ ਮਹੀਨੇ ਬਾਅਦ 2 ਮਹੀਨੇ ਜਦੋਂ ਵੀ ਟਾਈਮ ਰੱਖਿਆ ਜਾਊਗਾ ਪਿੰਡ 'ਚ ਸਾਰਿਆਂ ਨੂੰ ਦੱਸਿਆ ਜਾਊਗਾ ਕਿ ਪਿੰਡ 'ਚ ਆਹ ਕੰਮ ਕੀਤੇ ਇੰਨਾ ਖਰਚਾ ਆਇਆ ਅਤੇ ਇੰਨਾ ਸਾਨੂੰ ਲੋਕਾਂ ਵੱਲੋਂ ਜਾਂ ਸਰਕਾਰ ਵੱਲੋਂ ਸਹਿਯੋਗ ਮਿਲਿਆ। ਹੋਰ ਮੇਨ ਮੁੱਦਾ ਕਰਾਂਗੇ ਕੂੜੇ ਦਾ, ਕੂੜਾ ਜਿਹੜਾ ਪਿੰਡ ਵਾਰਦਿਆਂ ਨੂੰ ਨਾ ਮੱਥੇ ਲੱਗੂਗਾ, ਘਰਾਂ ਦੇ ਸਾਹਮਣੇ ਨਹੀਂ ਆਊਗਾ, ਉਹਦਾ ਕੋਈ ਹੱਲ ਕਰਾਂਗੇ। ਟੈਂਕਰੀਆਂ ਬਣਾਵਾਂਗੇ ਜਿੱਦਾਂ ਜੋ ਹੁੰਦੇ ਆ ਰੱਖਣ ਲਈ ਡਸਟਬਿਨ, ਜਿਹੜੇ ਵੱਡੇ ਹੁੰਦੇ ਨਹੀਂ ਉਹ, ਜਿਹੜੇ ਲੋਹੇ ਦੇ ਟਰੈਕਟਰ ਪਿੱਛੇ ਗੱਡੀ ਪਿੱਛੇ ਪੈਂਦੇ, ਉਹ ਲਾਵਾਂਗੇ। ਇੱਦਾਂ ਦੇ ਮੈਨੂੰ ਸਵਾਲ ਪੁੱਛੇ, ਮੈਂ ਉਹਨਾਂ ਨੂੰ ਜਵਾਬ ਦੇਈ ਗਿਆ, ਸੁਪਨਾ ਬੜਾ ਵਧੀਆ ਸੀ। ਕਹਿੰਦੇ ਹੋਰ ਇਸ ਤੋਂ ਬਾਅਦ, ਮੈਂ ਕਿਹਾ ਦੋ ਪਰਿਵਾਰਾਂ ਨੂੰ ਲੜਾਵਾਂਗਾ ਨਹੀਂ, ਧੜੇਬਾਜ਼ੀਆਂ ਨਹੀਂ ਕਰਾਵਾਂਗਾ, ਸਭ ਨੂੰ ਏਕਾ ਰੱਖਾਂਗੇ। ਇਹ ਨਹੀਂ ਉਹਨੂੰ ਕੁਛ ਕਹਿਣਾ ਤੂੰ ਐਂ ਕਰਦੇ, ਤੂੰ ਉਹਨੂੰ ਕਹਿਣਾ ਉਹਨੂੰ ਐਂ ਕਰਦੇ, ਜੇ ਮੇਰੀ ਕਿਸੇ ਨਾਲ ਲਾੜ ਡੜ ਹੋਊਗੀ ਤਾਂ ਐਵੀਂ ਇਹ ਤਾਰ 'ਚ ਨਾ ਰਵਾਂਗੇ, ਇਹਦਾ ਕੋਈ ਪੰਗਾ ਪਵੇ ਤਾਂ ਮੈਂ ਚੁਕਾਵਾਂ ਇਹਨੂੰ। ਮਤਲਬ ਗਲਤ ਕੰਮ ਹੋਣਾ ਬੰਦ ਕਰਾਵਾਂਗੇ, ਕੋਈ ਪਿੰਡ ਦਾ ਕੋਈ ਕੰਮ ਆ ਕੋਈ ਉਹ ਬਿਨਾਂ ਚਾਹ ਪਾਣੀ ਤੋਂ ਕਰਾਇਆ ਜਾਵੇਗਾ, ਠੀਕ ਹੈ। ਜੇ ਕਿਸੇ ਨੇ ਨਹੀਂ ਵੀ ਜਿਹਨੇ ਮੋੜ, ਮੈਂ ਕਿਹਾ ਮੈਨੂੰ ਵੋਟ ਪਾਈ ਹੋਊਗੀ ਮੈਂ ਉਹਲੀ ਵੀ ਤੁਰਾਂਗਾ, ਇੱਦਾਂ ਦੀਆਂ ਗੱਲਾਂ ਸੀਗੀਆਂ। ਇਹ ਵੀਡੀਓ ਕੋਈ ਮੇਰੇ ਨਾਲ ਐਵੇਂ ਜ਼ਿਆਦਾ ਨਾ ਸੀਰੀਅਸ ਨਾ ਲੈ ਜਿਓ, ਇਹ ਮੈਂ ਸਿਰਫ ਸੁਪਨਾ ਸੀਗਾ। ਆਹ ਥੜੀਆਂ ਵਾਲੇ ਵੀ ਜਿਹੜੇ ਨਾ ਇਹ ਐਵੇਂ ਨਾ ਮੇਰੇ ਸੀਰੀਅਸ ਨਾ ਲਿਓ ਗੱਲ ਨੂੰ, ਸੁਪਨਾ ਸੀਗਾ ਇਹ। ਬਾਕੀ ਜੇ ਵੀਡੀਓ ਦੇਖ ਕੇ ਕੋਈ ਆ ਜਾਵੇ ਮਨ ਮਿਹਰ ਪੈ ਜਾਵੇ ਕਿਸੇ ਨੂੰ ਤੇ ਦੇਖ ਲਓ, ਵਿਚਾਰ ਕਰ ਲਿਓ ਕਿ ਕਰਨੇ ਮਾਮਲ ਕਰਨੀਆਂ ਗੱਲਾਂ ਤੇ। ਪਤਾ ਨਹੀਂ ਪਿੰਡ, ਹੁਣ ਮੈਨੂੰ ਨਹੀਂ ਪਤਾ ਸੁਪਨੇ 'ਚ ਕਿਹੜਾ ਪਿੰਡ ਸੀ, ਹੋਰ ਇੱਦਾਂ ਦੀਆਂ 2-4 ਗੱਲਾਂ ਸੀਗੀਆਂ ਕਿ ਜਿੱਥੇ ਜਿੱਥੇ ਸੀਵਰੇ ਰਹਿੰਦੇ ਪਾਉਣ ਉੱਥੇ ਪਾਊਂਗਾ, ਭਾਵੇਂ ਮੈਨੂੰ ਵੋਟ ਮੇਰੇ ਨਾਲ ਖੜਾ ਜਾਂ ਨਹੀਂ ਹੋਊਗਾ, ਬੰਦਾ ਖੜਾ ਹੋਇਆ ਜਾਂ ਨਹੀਂ ਹੋਇਆ ਜਾਂ ਜਿੱਦਾਂ ਵੀ ਆ, ਆਪਾਂ ਉਹਦਾ ਵੀ ਸੀਵਰੇ ਪਾਵਾਂਗੇ। ਇੱਦਾਂ ਦੇ ਹੀ 2-4 ਮੁੱਦੇ ਹੋਰ, ਕੋਈ ਨਹੀਂ ਜਿਹਨੇ ਆਪਾਂ ਨਾ ਵਿਗਾੜ ਕਰ ਲਾਂਗੇ ਆਪਾਂ ਤਾਂ ਵੀ ਨਹੀਂ ਉਹਨਾਂ, ਠੀਕ ਆ ਮਿਲ ਗਿਆ ਮਿਲ ਪਿਆ, ਨਹੀਂ ਤਾਂ ਇਹ ਨਹੀਂ ਕਿ ਮੁੜ ਕੇ ਬਾਅਦ ਫਿਰ ਜੱਫੀਆਂ ਪਾਵਾਂਗੇ। ਇੱਦਾਂ ਦਾ ਕੋਈ ਮੁੱਦਾ ਨਹੀਂ ਆਪਾਂ ਰੱਖਣਾ, ਸਭ ਨਾਲ ਬਣਾ ਕੇ ਰੱਖਾਂਗੇ।
ਹੋਰ ਤਾਂ ਕੁਛ ਖਾਸ ਨਹੀਂ ਸੀ ਤੇ ਆਹ ਥੜੀਆਂ ਵਾਲੇ ਸੀਰੀਅਸ ਨਾ ਲਿਓ, ਗਾਲਾਂ ਨਾ ਕੱਢਿਓ ਮੈਨੂੰ ਕਮੈਂਟ ਵਿੱਚ ਆਣ ਕੇ। ਬਾਕੀ ਸੁਪਨਾ ਸੀਗਾ ਇੱਕ ਭਾਈ, ਮੈਂ ਕਿਹਾ ਚਲੋ ਬਿਆਨ ਕਰ ਦਿੰਦੇ, ਕਾਫੀ ਟਾਈਮ ਹੋ ਗਿਆ ਰਾਹ ਗਲੀ ਕੋਈ ਮਿਲਦਾ ਸੀ ਮੈਨੂੰ ਪੁੱਛਦਾ ਤੂੰ ਕੋਈ ਵੀਡੀਓ ਨਹੀਂ ਪਾਈ, ਹੁਣ ਮੈਨੂੰ ਵੀਡੀਓ ਆਉਂਦਾ ਹੀ ਨਹੀਂ ਮੁੰਡਾ, ਮੈਨੂੰ ਹੁਣ ਕਿਹੜਾ ਪਾਵਾਂ। ਸੋ ਮੈਂ ਪਾ ਦਿੱਤੀ, ਅੱਜ ਮੈਂ ਆਪਣਾ ਸੁਪਨਾ ਸੀਗਾ ਜਿਹੜਾ ਮੈਂ ਬਿਆਨ ਕਰਤਾ ਜੋ ਆਇਆ ਮੇਰੇ ਦਿਮਾਗ 'ਚ। ਸੁਪਨੇ ਬੜਾ ਵਧੀਆ, ਸਵੇਰੇ ਉੱਠਿਆ ਸਰਪੰਚ ਕੋਈ ਵੀ ਨਹੀਂ ਇੱਥੇ, ਮੈਂ ਕਿਹਾ ਮੈਂ ਤਾਂ ਮੇਰੇ ਘਰਦਿਆਂ ਨੇ ਨਹੀਂ ਵੋਟਾਂ ਪਾਉਣੀਆਂ, ਕਿਸੇ ਨੇ ਕੀ ਪਾਉਣੀਆਂ, ਸਰਪੰਚ ਤਾਂ ਦੂਰ ਦੀ ਗੱਲ। ਸੋ ਖਿਮਾ ਚਾਹੁੰਦੇ ਆ ਜੇ ਕੋਈ ਗਲਤ ਬੋਲ ਦਿੱਤਾ ਹੋਵੇ। ਵੈਸੇ ਵੀ ਮੈਂ ਵੀ ਹੁਣ 50-60 ਲੱਖ 80 ਲੱਖ ਲਾਊਂਗਾ ਤੇ ਬਾਅਦ ਸੜਕ ਚੱਲਦੀ ਆ ਸਾਡੇ ਘਰ ਦੇ ਬਾਹਰ, ਉਹਨੂੰ ਅੱਧੀ ਕਵਰ ਕਰ ਲੈਣੀ ਮੈਂ, ਉਹ 10 ਫੁੱਟ ਬਾਅਦ ਨੂੰ ਕੱਢਾਂਗਾ, ਥੜੀ ਥੁੜੀ ਕੱਢ ਕੇ ਚਲੋ ਕਬਜ਼ਾ ਕਰ ਲੈਣਾ। ਸੜਕ 22 ਫੁੱਟ ਤੋਂ 12 ਫੁੱਟ ਰਹਿ ਜੂਗੀ। ਉਹ 'ਚ ਇਹ ਵੀ ਸੀਗਾ ਸੱਚ, ਇੱਕ ਮੁੱਦਾ ਰਹਿ ਗਿਆ ਕਿ ਜੇ ਥੜੀਆਂ ਜਿਹੜੀਆਂ ਤੋੜਨੀਆਂ ਨਾ ਮੈਂ, ਭਾਵੇਂ ਮੈਂ ਕਿਹਾ ਮੇਰੀ ਆਪਦੀ ਵੀ ਥੜੀ ਹੋਵੇ, ਮੈਂ ਪਹਿਲਾਂ ਆਪਣੀ ਤੋੜੂੰਗਾ, ਜਿੱਥੇ ਇੱਥੇ ਬਣੀ ਹੋਈ ਨਾ ਮੈਂ ਉਹ ਵੀ ਤੋੜੂੰਗਾ। ਆਹ ਮੁੱਦੇ ਸੀਗੇ, ਉਹ ਪਿੰਡ ਦਾ ਨਾਂ ਨਹੀਂ ਮੈਨੂੰ ਸਮਝ ਆਉਂਦੀ ਕਿਹੜਾ, ਚੇਤਾ ਵੀ ਨਹੀਂ ਕੁਛ ਸੁਪਨੇ 'ਚ, ਕਿਉਂਕਿ ਸੁਪਨੇ 'ਚ ਕਿਹੜਾ ਜ਼ੋਰ ਚੱਲਦਾ ਹੁੰਦਾ। ਕੋਈ ਨਵੇਂ ਬੰਦੇ ਵਿੱਚ ਸੀਗੇ, ਉਹਨਾਂ ਨੇ ਆਪਾਂ ਪੁੱਛਿਆ ਕਿ ਕਿੱਦਾਂ ਹੋ ਸਰਪੰਚ ਸਾਹਿਬ, ਸਵੇਰ ਨੂੰ ਉੱਠਿਆ ਕੁਛ ਵੀ ਨਹੀਂ ਸਰਪੰਚ ਹੋਣੀ, ਵਿਹਲੇ ਘਰੇ ਬੈਠੇ ਚਾਹ ਪੀਣ ਦੇ ਸੀ ਬੈਡ 'ਤੇ ਉੱਠ ਬਹਿ ਕੇ ਮੈਂ, ਉਹੀ ਚਲੋ ਅਤੇ ਗੁੱਸਾ ਨਾ ਕਰਿਓ, ਵੀਡੀਓ ਦੱਸ ਦਿਓ ਕਿੱਦਾਂ ਸੁਪਨਾ ਕਿੱਦਾਂ ਦਾ ਬਣਿਆ ਸਾਡਾ ਲੱਗਾ, ਕਮੈਂਟ ਕਰਕੇ ਟਿੱਪਣੀ ਕਰ ਸਕਦੇ ਤੁਸੀਂ, ਚੰਗਾ ਮਾੜਾ ਲੱਗਾ ਸਰ ਮੱਥੇ। ਮਿਲਦੇ ਨਵੀਂ ਵੀਡੀਓ ਲੈ ਕੇ, ਧੰਨਵਾਦ ਜੀ।